सूरा सो पहचानिए जो लरे दीन के हेत पुरजा पुरजा कट मरे कबू न छाडे खेत। सत श्री अकाल सारयानु, अज मैं ऋषभ गंभीर श्री आत्म वल्लभ जैन कॉलेज विच एम कॉम दा विद्यार्थी तुहाडे सारयां अगे इस भाषण प्रतियोगिता विच गुरु तेग बहादुर जी दे 400वें प्रकाश पुरब नूं समर्पित एक भाषण पेश करन जा रहा हाँ। मेरे अज दे भाषण दा विशा गुरु तेग बहादुर जी दे जीवन बारे रहेगा। हिंद दी चादर गुरु तेग बहादुर जी का जन्म 1 अप्रैल 1621 ईस्वी नूं अमृतसर विखे श्री गुरु हरगोबिंद साहिब जी दे घर माता नानकी दी कुखों होया। गुरु तेग बहादुर जी बचपन तों ही अडोल चित संत स्वरूप ते निरभय ते गंभीर सुभा दे मालक सन। उह शुरू तों ही धार्मिक विचारां वाले इंसान सन। कई वारी उह तीन तीन घंटे चार चार घंटे समाधि विच लीन रहिंदे सन। गुरु तेग बहादुर जी ने दूर दुराडे इलाकों में कई यात्रावां कीतियां अते धर्म का प्रचार किया। गुरु तेग बहादुर जी की अखरी अते शस्त्री विद्या का प्रबंध गुरु हरगोबिंद साहिब जी ने अपनी देखरेख विच कीता। जदों गुरु तेग बहादुर जी 1632 ईस्वी विच 11 साल दे होए तां उन्हां दा विआह माता गुजरी जी दे नाल कीता गया। सिखां दे 10वें गुरु गुरु गोबिंद सिंह जी उन्हां दे सपुत्तर सन। गुरु तेग बहादुर जी दे बचपन दा नाम तेगमल सी। जदों करतारपुर दे 1634 वाले युद्ध विच गुरु हरगोबिंद साहिब जी ने उन्हां दे तलवार दे जौहर वेखे तां उन्हां ने तेगमल तों बदल के इन्हां दा नाम तेग बहादुर रख दिता। 1640 ईस्वी विच जदों गुरु तेग बहादुर जी दे पिता ज्योति जोत समा गए तां गुरु जी अपनी माता जी अते पत्नी नाल बाबा बकाले विखे रहन आ गए। बाबा बकाले विच उन्हां ने 20 साल भगती कीती। जदों सिखां दे 8वें गुरु गुरु हरिकृष्ण साहिब जी ज्योति जोत समा गए तां उह जांदे जांदे कह गए सन कि सिखां दे 9वें गुरु बाबा बकाला विखे ही मिलणगे। ਇਹ ਸੁਣ ਕੇ ਕਈ ਪਖੰਡੀ ਲੋਕਾਂ ਨੇ ਆਪਣੇ ਆਪ ਨੂੰ ਗੁਰੂ ਦੱਸਣਾ ਸ਼ੁਰੂ ਕਰ ਦਿੱਤਾ। ਮੱਖਣ ਸ਼ਾਹ ਲੋਭਾਣਾ ਜੋ ਕਿ ਬਹੁਤ ਵੱਡਾ ਵਪਾਰੀ ਸੀ, ਉਸਨੇ ਇੱਕ ਸੁਖਣਾ ਸੁਖੀ ਸੀ ਕਿ ਉਹ ਆਪਣੇ ਗੁਰੂ ਜੀ ਨੂੰ 500 ਮੋਹਰਾਂ ਭੇਟ ਕਰੇਗਾ। ਜਦੋਂ ਆਪਣੇ ਗੁਰੂ ਦੀ ਭਾਲ ਲਈ ਬਾਬਾ ਬਕਾਲਾ ਵਿਖੇ ਆਇਆ ਤਾਂ ਉਸਨੇ ਕਈ ਪਖੰਡੀ ਗੁਰੂਆਂ ਅੱਗੇ 2-2 ਮੋਹਰਾਂ ਰੱਖੀਆਂ। ਉਹਨਾਂ ਸਭ ਗੁਰੂਆਂ ਨੇ ਬਿਨਾਂ ਕੁਛ ਕਹੇ ਉਹ 2 ਮੋਹਰਾਂ ਸਵੀਕਾਰ ਕਰ ਲਈਆਂ। ਜਦੋਂ ਮੱਖਣ ਸ਼ਾਹ ਨੇ ਇਹੀ 2 ਮੋਹਰਾਂ ਗੁਰੂ ਤੇਗ ਬਹਾਦਰ ਜੀ ਅੱਗੇ ਰੱਖੀਆਂ ਤਾਂ ਉਹਨਾਂ ਨੇ ਕਿਹਾ, ਮੱਖਣ ਸ਼ਾਹ ਕੀ ਗੱਲ, ਤੁਸੀਂ ਤਾਂ 500 ਮੋਹਰਾਂ ਭੇਟ ਕਰਨੀਆਂ ਸੀ। ਇਹ ਗੱਲ ਸੁਣ ਕੇ ਮੱਖਣ ਸ਼ਾਹ ਲੁਭਾਣਾ ਬਹੁਤ ਖੁਸ਼ ਹੋਇਆ ਅਤੇ ਉਹ ਉੱਚੀ ਉੱਚੀ ਬੋਲਣ ਲੱਗ ਗਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾਂ ਦੇ 9ਵੇਂ ਗੁਰੂ 1665 ਈਸਵੀ ਵਿੱਚ ਬਣੇ। ਕੁਝ ਚਿਰ ਬਾਅਦ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫਗਾਨ ਕਸ਼ਮੀਰੀ ਹਿੰਦੂਆਂ ਨੂੰ ਮੁਸਲਮਾਨ ਵਿੱਚ ਜ਼ਬਰਦਸਤੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੁਖੀ ਹੋਏ ਕਸ਼ਮੀਰੀ ਪੰਡਿਤ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ ਤੇ ਗੁਰੂ ਜੀ ਨੇ ਜੰਜੂ ਤਿਲਕੀ ਦੀ ਰਖਵਾਲੀ ਲਈ ਆਪਣੇ ਸਾਰੇ ਸਿੱਖ ਸਾਥੀਆਂ ਨੂੰ ਇਕੱਠਾ ਕੀਤਾ ਤੇ ਦਿੱਲੀ ਪਹੁੰਚੇ। ਆਗਰੇ ਵਿੱਚ ਗੁਰੂ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੁਰੂ ਜੀ ਦੀ ਨਿਯਤੀ ਦੁਆਰਾ ਇਸਲਾਮ ਧਰਮ ਨਾ ਕਬੂਲ ਕਰਨ ਕਰਕੇ ਗੁਰੂ ਜੀ ਨੂੰ ਚਾਂਦਨੀ ਚੌਂਕ ਦੀ ਕੋਤਵਾਲੀ ਵਿੱਚ ਅਨੇਕਾਂ ਕਸ਼ਟ ਮਿਲੇ, ਪਰ ਉਹ ਅਡੋਲ ਰਹੇ। ਹਾਕਮਾਂ ਨੇ ਜਦੋਂ ਗੁਰੂ ਜੀ ਦੀ ਦ੍ਰਿੜਤਾ ਦੇਖੀ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਇਹਨਾਂ ਦੇ ਸਿੱਖ ਸਾਥੀਆਂ ਨੂੰ ਪਹਿਲਾਂ ਸ਼ਹੀਦ ਕੀਤਾ ਜਾਵੇਗਾ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀ ਦਾਸ ਜੀ ਨੂੰ ਰੂਹ 'ਚ ਲਪੇਟ ਕੇ ਸਾੜ ਦਿੱਤਾ ਗਿਆ। ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਪਾ ਕੇ ਸ਼ਹੀਦ ਕੀਤਾ ਗਿਆ। ਗੁਰੂ ਜੀ ਸ਼ਹੀਦੀ ਦੇਣ ਲਈ ਤਿਆਰ ਹੋ ਗਏ। ਜਲਾਦ ਨੇ ਗੁਰੂ ਜੀ ਦਾ ਸਿਰ ਵੱਢ ਕੇ ਧੜ ਤੋਂ ਵੱਖਰਾ ਕਰ ਦਿੱਤਾ। ਇਸ ਤਰ੍ਹਾਂ ਗੁਰੂ ਜੀ ਨੇ ਆਪਣਾ ਸੀਸ ਦਿੱਤਾ ਪਰ ਸਿਰੜ ਨਾ ਦਿੱਤਾ। ਗੁਰੂ ਜੀ ਦਾ ਇੱਕ ਸਿੱਖ ਸਾਥੀ ਉਹਨਾਂ ਦਾ ਧੜ ਲੈ ਕੇ ਰਕਾਬਗੰਜ ਪਹੁੰਚਿਆ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਗੁਰੂ ਜੀ ਦਾ ਉਸ ਸਥਾਨ 'ਤੇ ਅੱਜ ਇੱਕ ਬਹੁਤ ਸ਼ਾਨਦਾਰ ਸੀਸਗੰਜ ਨਾਂ ਦਾ ਗੁਰਦੁਆਰਾ ਬਣਿਆ ਹੋਇਆ ਹੈ। ਗੁਰੂ ਜੀ ਆਪਣੀ ਬਲਦਾਨੀ ਦੇ ਕੇ ਇਹ ਸਿੱਧ ਕਰ ਗਏ ਹਨ ਕਿ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ, ਬਾਹੇ ਨਾ ਛੋੜੀਏ। ਗੁਰੂ ਜੀ ਇੱਕ ਹੋਰ ਸੰਦੇਸ਼ ਦੇ ਕੇ ਗਏ ਹਨ ਮਾਨਵ ਜਾਤੀ ਨੂੰ, ਜੋ ਕਿ ਸਾਨੂੰ ਕਦੇ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਅਤੇ ਨਾ ਹੀ ਸਾਨੂੰ ਕਿਸੇ ਨੂੰ ਡਰਾਉਣਾ ਚਾਹੀਦਾ, ਕਿਉਂਕਿ ਡਰਨ ਵਾਲਾ ਇਨਸਾਨ ਕਾਇਰ ਹੁੰਦਾ ਹੈ ਅਤੇ ਡਰਾਉਣ ਵਾਲਾ ਇਨਸਾਨ ਜ਼ਾਲਮ ਹੁੰਦਾ ਹੈ। ਧੰਨਵਾਦ।